ਪਰਮਜੀਤ ਕੌਰ ਹੈ ਜੀ। ਕੀ ਗੱਲ ਹੋਈ ਹੈਗੀ ਅੱਜ ਇੱਥੇ ਆਏ ਸੀਗੇ? 12,092 ਜੀ ਮੇਰੇ ਘਰ ਵਾਲਾ ਮਾਰਤਾ ਸੀ ਅੱਤਵਾਦੀਆਂ ਨੂੰ। ਉਹ ਤੋਂ ਬਾਅਦ ਨਾ ਹੋਈ ਕੁੜੀ ਹੋਈ 7 ਮਹੀਨੇ ਬਾਅਦ। ਕੋਈ ਕਮਾਈ ਵਾਲਾ ਨੀ, ਕੋਈ ਚਾਰਾ ਨੀ, ਕਦੇ ਗਿੱਟਾ ਟੁੱਟ ਜਾਂਦਾ, ਕਦੇ ਚੂੜਾ ਟੁੱਟ ਜਾਂਦਾ, ਕੋਈ ਮੇਰੇ ਕੋਲ ਆਮਦਨ ਨੀ। 6,000 ਰੁਪਇਆ ਪੈਸਨ ਹੈ, ਉਹਦੇ ਨਾਲ ਨਾ ਮੇਰੀ ਦਵਾਈ ਚੱਲਦੀ ਹੈ ਨਾ ਮੇਰਾ ਗੁਜ਼ਾਰਾ ਹੁੰਦਾ ਹੈ। ਕੋਈ ਉਹਦੇ 'ਚ ਨੌਕਰੀ ਨਹੀਂ ਕੋਈ ਦਿੱਤੀ ਗਈ? ਨੌਕਰੀ ਦਿੱਤੀ ਸੀ ਜੀ ਕਾਕੇ ਨੂੰ, ਫਿਰ ਡਿਸਮਿਸ ਕਰਤਾ, ਦੁਬਾਰੇ ਬਹਾਲ ਕਰਤਾ ਸੀ। ਹੁਣ ਉਹ ਦੁਨੀਆਂ ਨੇ ਘੇਰ ਲਿਆ, ਹੁਣ ਫਿਰ ਉਹ ਕਰਿਆ ਵਾ ਸਸਪੈਂਡ। ਕੀ ਮੰਗ ਕੀਤੀ ਸੀਗੀ ਤੁਸੀਂ ਉਹਨਾਂ ਨੂੰ? ਇਹ ਵੀ 2-3 ਮੰਗਾਂ ਕਰੀਆਂ ਵੀ ਗੁੜੀਆ ਨੂੰ ਪੱਤਾ ਖਰਚ ਮਿਲਣ ਲੱਗ ਜੇ, ਮੇਰੀ ਥੋੜਾ ਪਿਲਸਣ 'ਚ ਵਾਧਾ ਕੀਤਾ ਜਾਵੇ। ਗੁੜੀਆ ਕਿਸ ਤਰ੍ਹਾਂ ਹੈਗੀ ਜੀ? ਗੂੰਗੀ ਬੋਲੀ ਹੈ, 30 ਸਾਲਾਂ ਦੀ ਹੋ ਗਈ। ਤੁਸੀਂ ਕਿੰਨੇ ਸਾਲਾਂ ਤੋਂ ਹਰ ਸਾਲ ਇੱਥੇ ਆ ਰਹੇ ਹੋ? ਕਿੰਨੇ ਸਾਲਾਂ ਤੋਂ? 30 ਸਾਲ ਤੋਂ 92 ਤੋਂ ਹੋਵੇ ਜੀ। ਕੀ ਹੌਸਲਾ ਦਿੱਤਾ ਜਾਂਦਾ ਨਾ? ਬਸ ਵੀ ਕਰ ਦਿਆਂਗੇ। ਹਰ ਵਾਰ ਗੱਲ ਸੁਣੀ ਤੁਹਾਡੀ? ਬਸ ਕਰ ਦਿਆਂਗੇ ਕਹਿੰਦੇ। ਹਰ ਵਾਰੀ ਆਉਂਦੇ ਤੁਸੀਂ? ਹਰ ਵਾਰੀ ਜਿਹੜੇ ਜਿਹੜੇ ਸੁਣਨਾ ਵਾਦੇ ਕੀਤੇ ਨੇ ਕਿਤੇ ਹੋਇਆ ਪੂਰੀ? ਵੀ ਆਵਾਂ ਬਸ ਕਰ ਦਿਆਂਗੇ ਕਹਿੰਦੇ 100 ਵਾਰ। ਸਰ ਮੇਰੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮੱਖਣ ਸਿੰਘ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਮੈਂ ਡਾਬੜੀ ਏਰੀਆ ਦਾ ਹਰਿਆਣੇ ਦਾ ਰਹਿਣ ਵਾਲਾ ਜੀ। ਕੀ ਸਮੱਸਿਆ ਆਈ ਹੈਗੀ ਅੱਜ? ਸਮੱਸਿਆ ਮੈਂ ਇੱਥੇ ਆਇਆ, ਮੇਰਾ ਬੇਟੇ ਦੀ ਡੈਥ ਹੋ ਗਈ, 17 ਸਾਲ ਦਾ ਸੀ ਜੀ, 7 ਦਿਨ ਲੱਗੇ ਸੀ ਸੁਲਮੇ ਸਾਹ, 17 ਸਾਲ ਚ ਆਇਆ ਸੀ ਸਰ। ਮੇਰੇ ਬੇਟੇ ਨੂੰ ਪਾ ਦੇਤਾ ਮੁੰਡੇ ਨੇ ਆ ਕੇ, ਬਸ ਚਿੱਟਾ ਪੀਣ ਵਾਲੇ ਸੀਗੇ ਦੋਸਤ ਸੀ ਉਹਦੇ ਮੁੰਡੇ ਦੇ। ਮੇਰੇ ਬੇਟੇ ਨੇ ਕੋਈ ਨਸ਼ਾ ਨਹੀਂ ਕੀਤਾ, ਅੱਜ ਮੇਰੇ ਵਿੱਚ ਬੈਗ ਦੇ ਵਿੱਚ ਰਿਪੋਰਟ ਆ ਡਾਕਟਰ ਦੀ, ਨਾ ਉਹਨੇ ਨਸ਼ਾ ਕੀਤਾ ਨਾ ਕੁਛ, ਹਰ ਦੇ ਨਾਲ ਬਣਦਾ ਆ ਕੇ। ਮੇਰੀ ਬੇਟੀ ਨੂੰ ਕਹਿੰਦਾ ਵੀ ਤੂੰ ਜਾ ਇੱਥੇ ਤੇ ਮੈਂ ਸੌਣਾ ਹੈ, ਮੈਨੂੰ ਕੁੰਡਾ ਲਾ ਦੇ ਬਾਹਰੋਂ। ਬੇੜੀ ਨੇ ਕੁੰਡਾ ਲਾ ਦਾ, ਘੰਟੇ ਫਰਨਾ ਟੰਗਾ ਪਿਆ ਪੱਖੇ ਦੇ ਨਾਲ। ਮੇਰਾ ਬੇਟਾ ਦੀਪ ਨਾ ਉਹਦਾ, ਸਾਰੀ ਦੁਨੀਆ ਜਾਣਦੀ ਹੈ ਕੋਈ ਨਸ਼ਾ ਨਹੀਂ ਕੀਤਾ ਜੀ, ਨਾ ਹੀ ਕਰਾਇਆ ਨਸ਼ਾ ਉਹਨੇ। ਅੱਜ ਇੱਥੇ ਮੈਂ ਸਾਹ ਨੂੰ ਮਿਲਣ ਵਾਸਤੇ ਆਇਆ, ਸਸੀ ਸਾਹ ਨੂੰ ਮਿਲਣ ਵਾਸਤੇ ਆਇਆ, ਮੇਰੀ ਸੁਣਾਈ ਕਰੇ ਕੋਈ ਵੀ ਅਫਸਰ ਮੇਰਾ ਵਧੀਆ ਲਾਵੇ। ਚੱਕ ਇੱਕ ਤਾਂ ਔਲਖਾਂ ਦਾ ਮੁੰਡਾ, ਮੇਰੇ ਬੇਟੇ ਦੀ ਵੀਡੀਓ ਬਣੀ ਹੋਈ ਆ ਫੋਨ ਦੇ ਵਿੱਚ, ਮੇਰੇ ਬੇਟੇ ਦੀਆਂ ਤਾਂ ਮੁੰਡਿਆਂ ਦੀਆਂ ਚਿੱਟਾ ਪੀਂਦੇ ਆ, ਜਿਹੜੇ ਮੇਰੇ ਘਰੇ ਬੈਠੇ ਦੇ ਆ ਕੇ ਚਿੱਟਾ ਪੀਂਦੇ, ਕਹਿੰਦੇ ਤੁਸੀਂ ਛਾਲ ਮਾਰ ਕੇ ਟੱਪੇ ਆਏ। ਉਹਨੇ ਬੇਟੇ ਦੇ ਮੇਰੇ ਚਿੱਟਾ ਮੂੰਹ 'ਚ ਪਾਇਆ, ਚਿੱਟਾ ਮੂੰਹ 'ਚ ਪਾ ਕੇ ਉਹਨੇ ਅੰਦਰ ਹੀ ਨਿਗਾਹ ਹੈਗਾ, ਉਹਨੂੰ ਨਸ਼ਾ ਹੋ ਗਿਆ, ਉਹਨੂੰ ਆਇਆ ਗਿਆ ਮਰ ਗਿਆ ਇਹ। ਉਹਨੇ ਪੱਖੇ ਦਾ ਫਰ ਟੰਗ ਤਾ, ਫਰ ਵੀ ਨਹੀਂ ਮਹਿੰਗਾ ਹੋਇਆ ਸਰ, ਮੇਰੇ ਪੱਖੇ ਦਾ ਫਰ ਵੀ ਨਹੀਂ ਮਹਿੰਗਾ। ਮੇਰੇ ਬੇਟੇ ਦੇ ਪੈਰ ਲੱਗੇ ਹੋਏ ਆ, ਬੇਟੇ ਦੇ ਬੈਡ ਨਾਲ ਪੈਰ ਲੱਗੇ ਹੋਏ ਆ, ਉੱਪਰ ਫਰ ਨਾਲ ਚੁੰਨੀ ਬਣ ਕੇ ਟੰਗਤਾ ਸਰ। ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇੱਥੇ ਆਏ ਹੋ? ਹਾਂਜੀ। ਪੁਲਿਸ ਨੇ ਕੀ ਕਾਰਵਾਈ ਕਰੀ ਹੈਗੀ? ਉਦਾਂ ਜੀ ਮੈਂ ਨਾ ਤਾਂ ਮੇਰੇ ਘਰ ਵਾਲੀ, ਜਿਹੜੀ ਮੇਰੇ ਘਰ ਵਾਲੀ ਸੀ ਉਹ ਵੀ ਮਤਲਬ ਟੈਨਸ਼ਨ ਬਹੁਤ ਜ਼ਿਆਦਾ ਸੀਗੀ, ਮੈਂ ਤੇ ਵੀ ਟੈਨਸ਼ਨ ਸੀ। ਉਹਨੇ 175 ਕਾਰਵਾਈ ਕਰਕੇ ਮੇਰੇ ਬੇਟੇ ਨੂੰ ਦੇਤਾ, ਵਧੀਆ ਅਫਸਰ ਸੀਗਾ ਉਹ, ਜਿਹੜਾ ਕਿ ਮੇਰੇ ਨੂੰ ਬੇਟੇ ਨੂੰ ਦੇਤਾ, ਮੈਂ ਚਸਕਾਰ ਕਰਤਾ, ਫੁੱਲ ਪਾਇਆ ਸਰ। ਅੱਜ ਮੇਰੀ ਕੋਈ ਸੁਣਾਈ ਕਰੇ, ਕੋਈ ਅਫਸਰ ਵਧੀਆ ਲੱਗੇ, ਜਿਹੜਾ ਕਿ ਮੇਰੇ ਪੁੱਤ ਨੂੰ ਉਹ ਕੀ ਕਰੇ। ਤੁਸੀਂ ਆਪ ਵੀ ਮੁਲਾਜ਼ਮ ਹੋ? ਮੈਂ ਆਪ ਪੰਜਾਬ ਉਮਰ ਦਾ ਮੁਲਾਜ਼ਮ ਹੈ ਸਰ, ਰਿਟਾਇਰਮੈਂਟ ਹੋ ਗਈ 19 ਚੋਂ। ਇੱਥੇ ਕਿਹੜੇ ਏਰੀਆ 'ਚ ਰਹਿੰਦੇ ਸੀਗੇ? ਇੱਥੇ ਮੈਂ ਲਾਲ ਸਿੰਘ ਬਸਤੀ ਪੁਲਿਸ ਕੁਆਟਰ 205 ਨੰਬਰ ਕੁਆਟਰ ਜੀ ਮੇਰਾ। ਹਰ ਸਾਲ ਦੀ ਤਰ੍ਹਾਂ ਅੱਜ 21 ਅਕਤੂਬਰ ਨੂੰ ਅਸੀਂ ਪੁਲਿਸ ਯਾਦਗਾਰੀ ਦਿਵਸ ਮਨਾਇਆ ਹੈਗਾ। ਇਹ 64ਵਾਂ ਪੁਲਿਸ ਯਾਦਗਾਰੀ ਦਿਵਸ ਹੈਗਾ ਜਿਹੜਾ ਕਿ ਅੱਜ ਦੇ ਦਿਨ ਆਪਾਂ ਪੁਲਿਸ ਲਾਈਨ ਵਿੱਚ ਬਠਿੰਡੇ 'ਚ ਮਨਾਇਆ ਹੈਗਾ। ਔਰ ਜਿੰਨੇ ਵੀ ਸਾਡੇ ਮੁਲਾਜ਼ਮ ਪਿਛਲੇ 1 ਸਾਲ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਅਰਪਿਤ ਕੀਤੀ ਹੈਗੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਅੱਤਵਾਦ ਦਾ ਦੌਰਾਨ ਵੀ ਜਿਹੜਾ ਹੈਗਾ ਹੰਡਾਇਆ ਹੈਗਾ। ਸਾਡੇ ਕੁੱਲ 1784 ਜਿਹੜੇ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ ਅੱਤਵਾਦ ਖਾੜਕੂਵਾਦ ਨੂੰ ਨਿਭਦੇ ਹੋਏ। ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਅਸੀਂ ਬੁਲਾ ਕਰਕੇ ਇੱਥੇ ਇੱਕ ਤਾਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਹੈਗੀ ਹੈ, ਉਹਨਾਂ ਦਾ ਮਾਨ ਸਨਮਾਨ ਕੀਤਾ ਹੈਗਾ, ਔਰ ਉਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਹੈਗੀਆਂ ਨੇ ਉਹਨਾਂ ਨੂੰ ਸੁਣਿਆ ਜਾਵੇਗਾ। ਇਹ ਪਿਛਲੇ 1 ਸਾਲ ਵਿੱਚ ਪੂਰੇ ਆਪਣੇ ਜਿਹੜੇ ਦੇਸ਼ ਭਰ ਵਿੱਚ 199 ਲੋਕਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਹਦੇ ਵਿੱਚ 3 ਆਪਣੇ ਪੰਜਾਬ ਪੁਲਿਸ ਦੇ ਕਰਮਚਾਰੀ ਹੈਗੇ ਨੇ ਜਿਹੜੇ ਕਿ ਕਪੂਰਥਲਾ ਔਰ ਜਲੰਧਰ ਰੂਰਲ ਨੂੰ ਬਿਲੋਂਗ ਕਰਦੇ ਸੀਗੇ, ਔਰ ਗੈਂਗਸਟਰਸ ਦੇ ਨਾਲ ਸਮਗਲਰਸ ਦੇ ਨਾਲ ਲੜਦੇ ਹੋਏ ਉਹਨਾਂ ਨੇ ਜਿਹੜੀ ਹੈਗੀ ਸ਼ਹਾਦਤ ਦਿੱਤੀ ਹੈਗੀ। ਬਠਿੰਡਾ ਜ਼ਿਲ੍ਹੇ ਦੇ ਕੁੱਲ ਕਿੰਨੇ ਹੈ? ਟੋਟਲ 1784 ਜਿਹੜੇ ਆਪਣੇ ਅੱਤਵਾਦ ਦੇ ਦੌਰਾਨ ਸ਼ਹੀਦ ਹੋਏ ਮੁਲਾਜ਼ਮ ਸੀਗੇ, ਉਹਨਾਂ ਵਿੱਚੋਂ 69 ਜਿਹੜੇ ਮੁਲਾਜ਼ਮ ਹੈਗੇ ਨੇ ਉਹ ਆਪਣੇ ਬਠਿੰਡੇ ਜ਼ਿਲ੍ਹੇ ਦੇ ਹੈਗੇ ਨੇ, ਔਰ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਇੱਥੇ ਬੁਲਾ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਸਨਮਾਨਿਤ ਕੀਤਾ ਹੈਗਾ।